ਆਪਣੇ ਦਰੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ।
ਹੁਕਮਾਂ ਮੁਤਾਬਕ ਜ਼ਿੰਦਗੀ ਜਿਉਣ ਦੇ ਬਾਰੇ ਬਖਸ਼ਿਸ਼ ਕਰਨੀ ਅਕਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਦਰ ਅਸਤਰ ਨੇ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੰਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਿਲਾ ਪੰਜਵਾਂ ਜਾਂ ਕੋ ਭਏ ਗੋਬਿੰਦ ਸਹਾਈ ਸਗਲ ਸਿਉ ਵਾਪ ਪਿਆਰ ਨਾ ਕਾਈ ਜਾਂ ਕੋ ਭਏ ਗੋਬਿੰਦ ਸਹਾਈ ਜਿਨ ਰਸ ਰਸ ਹਰ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਇਸ ਸੰਸਾਰ ਰੂਪੀ ਪਿੰਡ ਵਿੱਚ ਪਹਿਲਾਂ ਹੋਏ ਹਰੇਕ ਗੁਰੂ ਨੇ ਮਾਲਕ ਦੇ ਘਰ ਜਾਣਾ ਅਤੇ ਮਾਲਕ ਦੇ ਘਰ ਜਾ ਪਹੁੰਚੇ ਸਾਡੇ ਪਰਮ ਸਰਕਾਰ ਜੋ ਮਾਤਾ ਜੀ ਸਿੱਧੇ ਗੁਰੂ ਜੀ ਜੀ ਕਾ ਉਹਨਾਂ ਦੀ ਅੰਤਮ ਰਸ ਸ਼ਾਮਿਲ ਗੁਰੂ ਰੂਪ ਸਾਧ ਸਿੰਘ ਜੀ ਫਤਿਹ ਸੰਦੀ ਪਈਏ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਟੁੱਟੀ ਸਾਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਸੰਗਤ ਸਾਹਿਬ ਦੇ ਜਿਹੜੇ ਸ਼ਬਦ ਚਿੱਕਾ ਪਰਿਵਾਰ ਪ੍ਰਤੀ ਬੀਬੀ ਜੀ ਪ੍ਰਤੀ ਸ਼ਰਧਾ ਵਜੋਂ ਭੇਟ ਕੀਤੇ ਨੇ ਉਹਨਾਂ ਦਾ ਸਾਰਾਂਸ਼ ਮੈਂ ਬਾਣੀ ਦੀਆਂ ਦੋ ਟੁਕਾਂ 'ਚ ਆਪ ਜੀ ਨਾਲ ਸਾਂਝਾ ਕਰੂੰਗਾ। ਸੇਵਕ ਦੀ ਓਟ ਨਿਤ ਹੀ ਪ੍ਰੀਤ ਜੀਵਤ ਸਹਿਬ ਸੇਵਿਓ ਆਪਣਾ ਚਲਦੇ ਰੱਖਿਓ ਜੀ ਦੁੱਖ ਹੋਰ ਹੈ ਫਤਿਹ ਸੰਤ ਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਉਹਨਾਂ ਬਾਰੇ ਜ਼ਿਕਰ ਕੀਤਾ ਹੈ ਬਹੁਤ ਗੁਰਸਿੱਖ ਪਰਿਵਾਰ ਔਰ ਜੀਵਨ ਬਹੁਤ ਸਾਫ਼ ਸੁਥਰਾ ਉਹਨਾਂ ਨੇ ਜੀਵਿਆ ਔਰ ਇੱਕ ਮਿਸਾਲ ਜੀਵਨ ਚਿੱਕਾ ਪਰਿਵਾਰ ਸ਼ਹਿਰ ਦਾ ਪ੍ਰਮੁੱਖ ਪਰਿਵਾਰ ਹੈ ਔਰ ਚਿੱਕਾ ਸਾਹਿਬ ਆਪ ਸ਼ਹਿਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਸਮਾਂ ਮਾਤਾ ਜੀ ਨੂੰ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਵਿੱਚ ਰਹਿਣ ਲਈ ਬਖਸ਼ਿਸ਼ ਕੀਤਾ ਸੀਗਾ ਉਹਦੀ ਉਹ ਬਹੁਤ ਸੁਚੱਜੀ ਵਰਤੋਂ ਕਰਕੇ ਸਰੀਰਕ ਤੌਰ 'ਤੇ ਸਾਡੇ ਸਭ ਪਾਸੋਂ ਵਿਛੜ ਚੁੱਕੇ ਔਰ ਇਹ ਸਮਾਜ ਦਾ ਵਿਧਾਨ ਹੈ ਜਦੋਂ ਜਦੋਂ ਕੋਈ ਸਾਡੇ ਵਿੱਚੋਂ ਵਿਛੜਦਾ ਕਿਤੇ ਕੋਈ ਭੁੱਲ ਚੁੱਕ ਗਲਤੀ ਹੋਣ ਤਾਂ ਹੀ ਕਿਸੇ ਪ੍ਰਕਾਰ ਦੀ ਜਾਣੇ ਅਣਜਾਣੇ ਰਹਿ ਗਈ ਹੋਵੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਨੂੰ ਖਿਮਾ ਕਰਕੇ ਆਪਣੇ ਚਰਨਾਂ 'ਚ ਥਾਂ ਦੇਣ ਇਸ ਅਰਦਾਸ ਨਾਲ ਕੋਈ ਭੁੱਲ ਚੁੱਕ ਦੀ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਫਿਰ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਤੁਹਾਡੀ ਸਾਰਿਆਂ ਦੀ ਰਲ ਕੇ ਗੁਰਸਿੱਖ ਦੇ ਰੂਪ ਵਿੱਚ ਤੁਸੀਂ ਅਰਦਾਸ ਕੀਤੀ ਹੈ ਉਸ ਅਰਦਾਸ ਦੇ ਮੋਟ ਆਸਰਾ ਲੈਂਦਿਆਂ ਮੈਂ ਸਮਝਾਂਗਾ ਚਿੱਕਾ ਪਰਿਵਾਰ ਅਸੀਂ ਸਾਰੇ ਇਸ ਦੁੱਖ ਵਾਲੇ ਘਰੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਸਕਦੇ ਪੁੱਲ ਚੁੱਕ ਦੀ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ
Yeah.
I
ना तन पुछी ना किस ही केरा जैसे तरवर पंख बसेरा बिसारे माँ प्यो दे उपकार बिसारे बिसारे माँ प्यो दे उपकार बिसारे बिसारे Thank you.
रोस किस सीओ की
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਦੇਵ ਧਿਆਏ ਫੇਰ ਅੰਗਦ ਬੰਤੇ ਅਮਰਦਾਸ ਰਾਮਦਾਸ ਸਹਿਮ ਸਹਾਏ ਅਰਜਨ ਹਰਗੋਬਿੰਦਨਾ ਸਿਮਰਾਉ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਤੋਂ ਬਜਾਏ ਤੇ ਬਹਾਦਰ ਸਿਮਰਿਆ ਘਰ ਮਾਣਿਆਏ ਸਭ ਸੰਗ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਗੁਰ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗੱਲ ਦਾ ਧਿਆਨ ਰੱਖੇ ਬੋਲੋ ਜੀ ਕੇ ਅਨਡਿਟ ਕੀਤਾ ਤਿੰਨਾਂ ਪਿਆਰਿਆਂ ਦੀ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਕਟਾਏ ਖੋਪੜੀਆਂ ਰੁਹਾਈਆਂ ਚੌਕੀਆਂ ਤੇ ਚੜੇ ਆਰਿਆਂ ਨਾਲ ਚਿਹਰਾਏ ਗਏ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜਿਵੇਂ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਗੁਰੀ ਅੰਮ੍ਰਿਤ ਸਰਬਤ ਇਸ਼ਨਾਨ ਚੌਂਕੀਆਂ ਝੰਡੇ ਪੂਰੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਂ ਨਿਓਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਜੋ ਵੀ ਅਧੀਨ ਨਿਵਾਸ ਸੱਚੇ ਪਾਤਸ਼ਾਹ ਨੇ ਆਵੇਂ ਨਾਨਕਾ ਸੱਦੇ ਉੱਠੇ ਜਾਏ ਦੇ ਮਹਾਂਪੁਰਖਾਂ ਮੁਤਾਬਕ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਦਰ ਕਰ ਚੁੱਕੀ ਬੀਬੀ ਸੁਰਿੰਦਰ ਕੌਰ ਜੀ ਚੱਕਾ ਆਪ ਜੀ ਵੱਲੋਂ ਬਖਸ਼ ਕੀ ਗਈ ਆਜ ਨੂੰ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਅਕਾਲ ਦਿਵਾਨਾ ਕਰਦੇ ਨੇ ਇਹਨਾਂ ਦੀ ਆਤਮਾ ਦੀ ਕਲਿਆਣ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੁਣ ਪ੍ਰਬੰਧ ਆਪ ਜੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਤੁਰਕੀ ਬਾਣੀ ਦੇ ਵਿਰਾਗ ਸੰਸਾਰ ਦੇ ਵਿਚਰਦਿਆਂ ਸੰਸਾਰਕ ਜੀਵਨ ਬਸਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਪਿਛਲੀ ਹੋਈ ਆਤਮਾ ਦਾ ਹਮੇਸ਼ਾ ਹਮੇਸ਼ਾ ਦੇ ਲਈ ਆਵਾਗਮਨ ਦਾ ਚੱਕਰ ਖਤਮ ਕਰਕੇ ਸਦੀਵੀ ਤੌਰ 'ਤੇ ਨਿਵਾਸ ਆਪਣੇ ਚਰਨਾਂ ਵਿੱਚ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਮੂਹ ਪਰਿਵਾਰ ਨੂੰ ਭਾਣਾ ਮੰਡਣ ਦੀ ਬਲ ਦਿੱਤੀ ਤਾਕਤ ਸਮਰੱਥਾ ਬਖਸ਼ਿਸ਼ ਕਰਨੀ ਪਰਿਵਾਰ ਨੂੰ ਗੁਰਮਤ ਅਨੁਸਾਰ ਗੁਰਬਾਣੀ ਦੀ ਸਿੱਖਿਆ ਮੁਤਾਬਕ ਜ਼ਿੰਦਗੀ ਜਿਉਣ 'ਤੇ ਬਲ ਬਖਸ਼ਿਸ਼ ਕਰਨਾ ਕਰਕੇ ਕੀਤੀ ਹੋਈ ਸੇਵਾ ਥਾਂ ਪਾਉਣੀ ਪਿਛਲੀ ਹੋਈ ਆਤਮਾ ਦੀ ਯਾਦ ਅੰਦਰ ਆਈਆਂ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਸਜਾਏ ਜਾ ਰਹੇ ਨੇ ਜਿਹਨਾਂ ਭਾਵਨਾਵਾਂ ਤਹਿਤ ਸੇਵਾਵਾਂ ਹੋਈਆਂ ਭਾਵਨਾਵਾਂ ਗੁਰਮਤ ਮੁਤਾਬਕ ਸੰਪੂਰਨ ਕਰਨੀਆਂ ਇਸੇ ਬਾਣੀ ਅੰਦਰ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਲਈ ਆਪ ਜੀ ਦੁਆਰਾ ਬਖਸ਼ਿਸ਼ ਕੀਤੇ ਭੰਡਾਰਿਆਂ ਤੋਂ ਬੜਾ ਪ੍ਰਸ਼ਾਦ ਜੀ ਦੇਖਣ ਸੱਚ ਕੇ ਹਾਜ਼ਰ ਨੇ ਆਪ ਜੀ ਦੇ ਦਰ ਪ੍ਰਵਾਨ ਹੋਵਣ ਪ੍ਰਵਾਨ ਹੋਏ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਆਪ ਜੀ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਸੇਵਕ ਪਰਿਵਾਰ ਨੂੰ ਆਪਣੇ ਦਰੋਂ ਘਰੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਹੁਕਮਾਂ ਮੁਤਾਬਕ ਜ਼ਿੰਦਗੀ ਜਿਉਣ ਦੇ ਬਾਅਦ ਬਖਸ਼ਿਸ਼ ਕਰਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਦੀ ਰਸ ਕਰਨੇ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿੰਤਾ ਵੇ ਨਾਨਕ ਨਾਮ ਜੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ
ਉਸੇ ਢੰਗ ਨਾਲ
ਉਹ ਸੰਸਾਰਿਕ ਜੀਵਨ ਦੇ ਵਿੱਚ ਆਪਣਾ ਸਰੀਰਕ ਕਸ਼ਟ ਵਿੱਚ ਇੰਨਾ ਸਿਰ ਨਿਭਾ ਕੇ ਗਏ ਹੈ ਕਿ ਉਸ ਸਿਰ ਨੂੰ ਮੁੱਖ ਰੱਖ ਕੇ ਮੈਂ ਸਮਝਦਾ ਕਿ ਸ਼ਾਇਦ ਇੱਥੇ ਤੱਕ ਹੋਵੇ ਕਿ ਗੁਰੂ ਨੇ ਇਹ ਸਮਝ ਹੋਵੇ ਕਿ ਤੂੰ ਉੱਠ ਕੇ ਦਰਵਾਜ਼ਾ ਖੋਲੇਗਾ ਤਾਂ ਮੈਂ ਸਰੀਰ ਛੱਡੂੰਗੀ, ਨਹੀਂ ਤਾਂ ਸਾਰੇ ਕਸ਼ਟ ਇੱਥੇ ਕਰ ਸੰਕਲਪ। ਤੇ ਅਕਸਰ ਸਾਡੀ ਮਨਮੁਖਤਾ ਦੇ ਵਿੱਚੋਂ ਇੱਕ ਗੱਲ ਉਪਜਦੀ ਆ ਕਿ ਅੱਗਾ ਕਿਸਨੇ ਦੇਖਿਆ, ਅੱਗਾ ਕਿਹਨੇ ਦੇਖਿਆ, ਪਿੱਛਾ ਕਿਹਨੇ ਦੇਖਿਆ। ਯਕੀਨ ਕਰਿਓ ਬਾਬਾ ਫਰੀਦ ਜੀ ਨੇ ਅੱਗਾ ਦੇਖਿਆ, ਬਾਬਾ ਕਬੀਰ ਜੀ ਨੇ ਅੱਗਾ ਦੇਖਿਆ, ਭਗਤ ਰਵਿਦਾਸ ਜੀ ਨੇ ਅੱਗਾ ਦੇਖਿਆ, ਗੁਰੂ ਨਾਨਕ ਨੇ ਅੱਗਾ ਦੇਖਿਆ। ਅੱਗਾ ਦੇਖਣ ਦੀਆਂ ਤੇ ਸਾਰੀਆਂ ਮਿਸਾਲਾਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਸਾਹਮਣੇ ਹੱਥ ਰਿਹਾ ਹੈ। ਅੱਗਾ ਬਾਰੇ ਕੀਰਤਨ ਕਰਦਿਆਂ ਪੰਕਤੀ ਆਈ ਸੀ, ਚੱਗ ਰਚਨਾ ਸਭ ਝੂਠ ਹੈ। ਤੇ ਜਦ ਝੂਠ ਨਾਲ ਜੁੜੇ ਹੋਵਾਂਗੇ ਤੇ ਸੱਚ ਦੇ ਦਰਸ਼ਨ ਕਿਵੇਂ ਹੋ ਸਕਦੇ ਆ? ਮਾਇਆ ਨਾਲ ਜੁੜ ਕੇ ਅੱਗਾ ਕਿੱਦਾਂ ਦੱਸ ਸਕਦਾ ਹੈ? ਅੱਗਾ ਦੇਖਣ ਦਾ ਰਸਤਾ ਸਾਡੇ ਮਾਤਾ ਜੀ ਸਿੰਘ ਕੋਲ ਸਾਨੂੰ ਸਮਝਾ ਕੇ ਗਏ ਕਿ ਅੱਗਾ ਕਿਵੇਂ ਦੇਖੀ, ਆਪਣੇ ਤਨ ਤੇ ਕਿਵੇਂ ਖੜਾਈ ਹੈ। ਇਹਨਾਂ ਉੱਚਾ ਸੁੱਚਾ ਜੀਵਨ ਕਿ ਮੈਂ ਇੱਕ ਜ਼ਿੰਦਗੀ ਦੀ ਇਹੋ ਜਿਹੀ ਮਿਸਾਲ ਆਪ ਜੀ ਨਾਲ ਸਾਂਝੀ ਕਰਾਂਗਾ ਜਿਹੜੀ ਸ਼ਾਇਦ ਪਰਿਵਾਰ ਦੇ ਬਾਕੀ ਜੀਆਂ ਨੂੰ ਨਹੀਂ ਪਤਾ। ਬੁੜਿਆਂ ਜਿਨ੍ਹਾਂ ਦੇ ਭਾਈ ਸਾਹਿਬ ਨੇ ਭਾਈ ਜਨਰਲ ਦਰਬਾਰ ਸਾਹਿਬ ਪੂਰੀ ਸੁਣੇ ਦੀ ਸੁਣਿਆ, ਭਾਈ ਬੁੜਿਆਂ ਦੇ ਬਾਬਾ ਜੀ ਉਹਨਾਂ ਦੇ ਦਰਸ਼ਨ ਵਾਸਤੇ ਮੈਨੂੰ ਉਹਨਾਂ ਨੇ ਹੁਕਮ ਕੀਤਾ ਕਿ ਜਦੋਂ ਜਾਣਾ ਹੋਵੇਗਾ ਤਾਂ ਸਾਨੂੰ ਨਾਲ ਲੈ ਕੇ ਜਾਏ। ਮੇਰੇ ਮਾਤਾ ਜੀ ਵੀ ਇੰਗਲੈਂਡ ਤੋਂ ਆਏ ਸੀ, ਉਹਨਾਂ ਨੂੰ ਨਾਲ ਲੈ ਕੇ ਅਸੀਂ ਗਏ ਉੱਥੇ। ਤੇ ਇਹਨਾਂ ਨੇ ਨਮਸਕਾਰ ਕਰਕੇ ਜਦੋਂ ਸਾਹਮਣੇ ਬੈਠ ਕੇ ਬੇਨਤੀ ਹੋਈ ਤੇ ਬੇਨਤੀ ਕੀਤੀ ਕਿ ਮਹਾਰਾਜ ਨਾਮਦਾਨ ਦੀ ਬਖਸ਼ਿਸ਼ ਕਰੋ। ਕੋਈ ਗੱਲ ਨਹੀਂ, ਹੋਰ ਗੱਲ ਕੀਤੀ, ਨਾਮਦਾਨ ਦੀ ਮੰਗ ਰੱਖੀ। ਤੇ ਭਾਈ ਸਾਹਿਬ ਭਾਈ ਨਾਰੰਗ ਸਿੰਘ ਜੀ ਹਲਕਾ ਜਿਹਾ ਮੁਸਕਰਾ ਕੇ, ਕਿਉਂਕਿ ਮੁਸਕਰਾਹਟ ਉਹਨਾਂ ਦੇ ਚਿਹਰੇ 'ਤੇ ਰਹਿੰਦੀ ਸੀਗੀ, ਮੁਸਕਰਾ ਕੇ ਬੋਲੇ, ਕਹਿੰਦੇ ਭੰਡਾਰੇ ਤਾਂ ਪਹਿਲਾਂ ਭਰੇ ਹੋਏ ਆ, ਹੋਰ ਕਿਸੇ ਦੀ ਲੋੜ ਹੈ? ਉਹਨਾਂ ਨੇ ਕਿਹਾ ਨਹੀਂ ਜੀ, ਬੜੇ ਭੁੱਲਣ ਹਾਰੇ ਆ ਸਮਾਜਿਕ ਤੇ ਉਸ ਮਹਾਂਪੁਰਸ਼ਾਂ ਦੇ ਨਾਲ ਸਾਂਝ ਪਈ ਤੇ ਉਹਨਾਂ ਨੇ ਆਪਣੀ ਗੱਲ ਸਾਂਝੀ ਕੀਤੀ। ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਪਰਿਵਾਰ ਦੇ ਵਿੱਚ ਇਹੋ ਜਿਹਾ ਸੇਵਾ ਦਾ ਦ੍ਰਿਸ਼ਟਾਂਤ, ਸੰਭਾਲ ਦਾ ਦ੍ਰਿਸ਼ਟਾਂਤ ਮੇਰੀ ਜੀਵਨ ਕਾਲ ਵਿੱਚ ਮੈਂ ਇੰਨੀ ਵੱਡੀ ਘੱਟੀ ਜਿੰਨੀ ਵੱਡੀ ਉਹ ਕਸ਼ਟ ਕਰਕੇ ਗਏ ਔਰ ਉਹ ਤੋਂ ਵੱਡੀ ਗੱਲ ਨਾਲ ਸੇਵਾ ਹੁੰਦੀ ਦੇਖੀ ਹੈ। ਸੇਵਾ ਵੀ ਕਰਮਾਂ ਵਾਲੇ ਕਰਦੇ ਆ ਤੇ ਕਰਮਾਂ ਵਾਲਿਆਂ ਨੂੰ ਮਿਲਦੀ ਆ, ਬਿਨਾਂ ਭਾਗਾਂ ਤੋਂ ਸੇਵਾ ਵੀ ਨਹੀਂ ਹੁੰਦੀ। ਇਹ ਸਭ ਕੁਝ ਦੀ ਬਖਸ਼ਿਸ਼ ਸੀ ਕਿ ਉਹਨਾਂ ਦੀ ਸੇਵਾ ਸੰਭਾਲਣ ਦਾ ਆਪਣੇ ਆਪ ਦੇ ਵਿੱਚ ਇਹੋ ਰਿਕਾਰਡ ਦੇਖਿਆ ਹੈ ਕਿ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਇੰਨੀ ਸੇਵਾ ਕਿਸੇ ਦੀ ਨਹੀਂ ਹੁੰਦੀ ਦੇਖੀ। ਖੜੀ ਲੱਤੇ ਮੇਰੀਆਂ ਬੱਚੀਆਂ ਜਸਜੀਤ ਰਮਨ ਪਾਠ ਕਰ ਰਹੀਆਂ ਹਨ, ਮੇਰੀਆਂ ਬੱਚੀਆਂ ਰੋਜ਼ਪੀਠਾ ਅਤੇ ਵਰਿੰਦਰ ਖੜੀ ਲੱਤੇ ਦੇਖਭਾਲ ਕਰ ਰਹੀਆਂ, ਆਏ ਗਏ ਹੋਏ ਦੇਖ ਰਹੀਆਂ। ਮੇਰੇ ਬੱਚੇ ਸੁਖਬੀਰ ਅਤੇ ਰਾਜੂ, ਰਾਜੂ ਦੇ ਹਿੱਸੇ ਸੇਵਾ ਸੁਖਬੀਰ ਨਾਲੋਂ ਵੱਧ ਆਈ, ਇਹ ਸੁਖਬੀਰ ਦੇ ਕਹਿਣਾ ਹੈ। ਪਰ ਮੈਂ ਸਮਝਦਾ ਕਿ ਸੇਵਾ ਕਦੀ ਵੱਡੀ ਛੋਟੀ ਨਹੀਂ ਹੁੰਦੀ, ਸੇਵਾ ਸੇਵਾ ਹੁੰਦੀ ਹੈ। ਸੇਵਾ ਸਭ ਕੁਝ ਨਜੇ ਤੋਂ ਵੀ ਲੈਣੀ ਆ, ਉਹ ਉਸ ਰੂਪ ਵਿੱਚ ਲੈਣੀ ਹੁੰਦੀ ਹੈ। ਮੈਂ ਸਮਝਦਾ ਕਿ ਸਾਡੇ ਬਜ਼ੁਰਗ ਸਰਕਾਰ ਜੋ ਸਰਦਾਰ ਹਰਗੋਬਿੰਦ ਸਿੰਘ ਜੀ ਚੀਕਾ, ਜਿਹਨਾਂ ਦਾ ਜੀਵਨ ਸਾਡੀ ਮਾਰਗਦਰਸ਼ਨ ਕਰਦਾ ਰਿਹਾ ਹੈ, ਉਹਨਾਂ ਦੇ ਪਰਜਵਾਨੀ ਦੇ ਉਸ ਸਮੇਂ ਨੂੰ ਮੈਂ ਜਦੋਂ ਯਾਦ ਕਰਦਾ ਹਾਂ ਕਿ ਕਰਪਟ ਅਫਸਰ ਉਹਨਾਂ ਦੇ ਮੂਹਰੇ ਥਰ ਥਰ ਕੰਪਦੇ ਹੁੰਦੇ ਸੀਗੇ, ਕੱਚੇ ਪੱਕੇ ਲੀਡਰ ਵੀ ਉਹਨਾਂ ਦੇ ਮੂਹਰੇ ਗੱਲ ਕਰਨ ਤੋਂ ਝਟਕਦੇ ਹੁੰਦੇ ਸੀ। ਅਸੀਂ ਉਹਨਾਂ ਤੋਂ ਸੇਧ ਲੈ ਕੇ ਜ਼ਿੰਦਗੀ ਨੂੰ ਇਸ ਢੰਗ ਨਾਲ ਜਿਉਂਦੇ ਰਹਿੰਦੇ ਹਾਂ ਕਿ ਸਾਨੂੰ ਕੋਈ ਵੀ ਕਦੀ ਮੁਸ਼ਕਲ ਸਾਹਮਣੇ ਨਹੀਂ ਆਈ। ਮੈਂ ਜ਼ਿਆਦਾ ਕਿਉਂਕਿ ਸਮੇਂ ਦੀ ਬਹੁਤ ਕਿਰਤ ਹੈ, ਗੁਰਸੰਗਤ ਦੇ ਰੂਪ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ, ਸਾਰੀਆਂ ਸੰਸਥਾਵਾਂ ਦੇ ਪ੍ਰਧਾਨ ਅਹੁਦੇਦਾਰ ਹਾਜ਼ਰ ਨੇ। ਮੈਂ ਗੁਰਸੰਗਤ ਦੇ ਰੂਪ ਵਿੱਚ ਕਿਸੇ ਦਾ ਨਾਂ ਲੈ ਕੇ ਵੱਡਾ ਜਾਂ ਛੋਟਾ ਨਹੀਂ, ਕਿਉਂਕਿ ਸਾਡੇ ਵਾਸਤੇ ਸਾਰੀ ਦੀ ਸਾਰੀ ਸੰਗਤ ਗੁਰੂ ਦਾ ਰੂਪ ਹੈ ਅਤੇ ਗੁਰੂ ਦੇ ਰੂਪ ਵਿੱਚ ਅਸੀਂ ਕਿਸੇ ਨੂੰ ਵੱਡਾ ਛੋਟਾ ਨਹੀਂ ਕਰਕੇ ਦੇਖ ਸਕਦੇ। ਮੈਂ ਕਿਉਂਕਿ ਸਮੇਂ ਦੀ ਵੀ ਕਿੱਲਤ ਹੈ, ਦੋ ਦੋ ਮਿੰਟ ਵਾਸਤੇ ਮੈਂ ਦੋ ਸੱਜਾਂ ਦੀਆਂ ਸੇਵਾ ਵੀ ਲੈਣੀਆਂ ਦੋ ਤਿੰਨ ਦੀਆਂ। ਮੈਂ ਸਾਰਿਆਂ ਤੋਂ ਪਹਿਲਾਂ
ਬੇਨਤੀ ਕਰਾਂਗਾ ਸਰਦਾਰ ਜਗਿੰਦਰ ਸਿੰਘ ਮਾਨ ਉਹਨਾਂ ਨੂੰ ਕਿ 2 ਮਿੰਟ ਵਾਸਤੇ, ਕਿਉਂਕਿ ਸਮੇਂ ਦੀ ਬੜੀ ਕਿੱਲਤ ਹੈ, 2 ਮਿੰਟ ਵਾਸਤੇ ਸਾਰੇ ਜਣੇ ਉਸ ਸੰਗਤ ਦੇ ਦਰਸ਼ਨ ਕਰਨ ਅਤੇ ਸਾਡੇ ਮਨਾਂ ਨੂੰ ਘਰ ਦੇਣ ਕਿ ਇਸ ਦੁਖਦੀ ਘੜੀ ਵਿੱਚੋਂ ਅਸੀਂ ਸਾਰੇ ਜਣੇ ਨਿਕਲ ਸਕੀਏ। ਸਰਦਾਰ ਜਗਿੰਦਰ ਸਿੰਘ ਮਾਨ ਗੁਰਦੁਆਰਾ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਸੰਗਤ ਸਾਹਿਬ ਦੇ ਜਿਹੜੇ ਸ਼ਬਦ ਚਿੱਕਾ ਪਰਿਵਾਰ ਪ੍ਰਤੀ ਬੀਬੀ ਜੀ ਪ੍ਰਤੀ ਸ਼ਰਧਾ ਵਜੋਂ ਭੇਟ ਕੀਤੇ ਨੇ, ਉਹਨਾਂ ਸਾਰਾਂਸ਼ ਮੈਂ ਬਾਣੀ ਦੀਆਂ 2 ਟੁਕਾਂ 'ਚ ਆਪ ਜੀ ਨਾਲ ਸਾਂਝਾ ਕਰੂੰਗਾ। ਸੇਵਕ ਹੀ ਓਟ ਨਿਤ ਹੀ ਪ੍ਰੀਤ, ਜੀਵਤ ਸਹਿਬ ਸੇਵੇ ਆਪਣਾ ਚਲਦੇ ਰੱਖੋ ਜੀ। ਦੁੱਖ ਹੋਰ ਹੈ, ਹਰ ਬਿਨ ਕੌਣ ਸਹਾਈ, ਮਨ ਕਾ ਮਾਤ ਪਿਤਾ ਭਾਈ, ਸੁਧ ਬਿੰਦਾ ਇਤਲਾਗਾ ਸਭ ਮਨ ਕਾ। ਉਸ ਪਰਮਾਤਮਾ ਤੋਂ ਬਗੈਰ ਸਾਡਾ ਕੋਈ ਸਹਾਈ ਨਹੀਂ। ਜਿਹੜੇ ਗੁਰਮੁਖ ਨੇ, ਗੁਰਮੁਖ ਜਨ ਸਵਾਦ ਦਰਗੇ ਚੱਲਿਆ, ਸੱਚੀ ਦਰਗੇ ਜਾਏ, ਸੱਚਾ ਬਿੜ ਮਿਲ, ਉਸਨੂੰ ਆਪਣੀ ਮੌਤ ਬਾਰੇ ਵੀ ਪਤਾ ਅਤੇ ਉਸਨੂੰ ਜ਼ਿੰਦਗੀ ਬਾਰੇ ਵੀ ਪਤਾ। ਅਤੇ ਬਹੁਤ ਸਾਰੇ ਤਾਂ ਜਿਹੜੇ ਗੁਰਸਿੱਖ ਨੇ, ਮਾਈ ਭਾਈ ਉਸਦਾ ਬਾਣੀ ਜ਼ਿਕਰ ਹੈ, ਸਭਨਾ ਸੋਹਰੇ ਬੰਮਣਾ ਸਭ ਮਕਲਾਵਣ ਹਾਰ, ਨਾਨਕ ਧੰਨ ਸਾਖਣੀਏ ਸੋਹਣਾ ਪਿਆਰ। ਅਸੀਂ ਸਾਰੇ ਉਸ ਮਾਲਕ ਦੀਆਂ ਇਸਤਰੀ ਰੂਪੀ ਪਤਨੀਆਂ, ਇਸਤਰੀ ਰੂਪੀ ਰੂਹਾਂ, ਅਤੇ ਸਭਨਾ ਨੇ ਆਪਣੇ ਮਾਲਕ ਪਤੀ ਪਰਮੇਸ਼ੁਰ, ਪਤੀ ਪਰਮੇਸ਼ੁਰ ਸਾਡਾ ਮਾਲ ਆਪ ਜਾਣਦੇ ਹੋ, ਅੰਦਰ ਗੁਰੂ ਗ੍ਰੰਥ ਸਾਹਿਬ ਦੀ ਹਾਰੀ 'ਚ ਬੈਠੀ ਉਹ ਹੈ। ਅਤੇ ਅਸੀਂ ਇੱਥੇ ਉੱਥੇ ਰਖਵਾਲਾ ਮੇਰਾ ਸਤਿਗੁਰ ਦੀਨ ਦਿਆਲਾ ਦੋਨਾਂ ਜਹਾਨਾਂ 'ਚ ਆਪ ਜੀ ਨੇ ਜ਼ਿਕਰ ਕੀਤਾ ਸੀ, ਮੈਂ ਉਸੇ 'ਤੇ ਸੋਚ ਰਿਹਾ ਸੀ। ਜ਼ਿੰਦਗੀ ਦੇ ਦੋਨੋਂ ਪੜਾਅ ਅਸੀਂ ਸਾਕਾਂ ਨੇ ਜਨ ਦਾ ਮੁਕਾਸ ਬੈਠੀ ਸਾਹ ਸਿੰਘ ਜੀ ਫਤਿਹ ਸਿੰਘ ਜੀ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਉਹਨਾਂ ਬਾਰੇ ਜ਼ਿਕਰ ਕੀਤਾ ਹੈ, ਬਹੁਤ ਗੁਰਸਿੱਖ ਪਰਿਵਾਰ ਔਰ ਜੀਵਨ ਬਹੁਤ ਸਾਫ ਸੁਥਰਾ ਉਹਨਾਂ ਨੇ ਜੀਵਿਆ ਔਰ ਇੱਕ ਮਿਸਾਲ ਜੀਵਨ। ਚਿੱਕਾ ਪਰਿਵਾਰ ਸ਼ਹਿਰ ਦਾ ਪ੍ਰਮੁੱਖ ਪਰਿਵਾਰ ਹੈ ਔਰ ਚਿੱਕਾ ਸਾਹਿਬ ਆਪ ਸ਼ਹਿਰ ਦੇ ਕੌਂਸਲ ਵਿੱਚ ਵੀ ਵਾਈਸ ਪ੍ਰਧਾਨ ਰਹੇ ਨੇ ਔਰ ਸਿਆਸਤ ਵਿੱਚ ਇਹਨਾਂ ਦਾ ਸਾਫ ਸੁਥਰਾ ਬਣ ਸਕਿਆ। ਸਾਫ ਸੁਥਰੀ ਸਿਆਸਤ ਜਿਵੇਂ ਹੁਣ ਕਹਿ ਰਹੇ ਸੀਗੇ ਸਟੇਟ ਸੈਕਟਰੀ ਸਾਹਿਬ, ਸਾਫ ਸੁਥਰੀ ਸਿਆਸਤ ਜਿਹਨਾਂ ਤੋਂ ਕਰਪਟ ਬੰਦਾ ਇਹਨਾਂ ਤੋਂ ਡਰਦਾ ਸੀ, ਇਸ ਤਰ੍ਹਾਂ ਦੀ ਲੋੜ ਹੈ ਅੱਜ ਦੇ ਸਮੇਂ ਦੀ ਵੀ, ਇਸ ਤਰ੍ਹਾਂ ਦੇ ਪਰਿਵਾਰ ਜਿਹਨਾਂ ਤੋਂ ਅਸੀਂ ਸਿੱਖਿਆ ਲੈ ਸਕਦੇ ਹਾਂ, ਸਮਾਜ ਵਿੱਚ ਚੰਗਾ ਰਤਬਾ ਲਿਆ ਸਕਦੇ ਹਾਂ, ਸਮਾਜ ਨੂੰ ਬਿਹਤਰ ਬਣਾਉਣ 'ਚ ਅਸੀਂ ਸਾਰੇ ਯੋਗਦਾਨ ਪਾ ਸਕਦੇ ਹਾਂ। ਬੜਾ ਜੀਵਨ ਮੈਂ ਕਰ ਵੀ ਗਿਆ ਸੀ ਅਫਸੋਸ 'ਤੇ, ਜੀਵਨ ਉਹਨਾਂ ਦਾ ਬੜਾ ਸਾਫ ਸੁਥਰਾ ਪਵਿੱਤਰ ਔਰ ਆਖਰ ਵਿੱਚ ਕਸ਼ਟ ਵੀ ਕਾਫੀ ਚੱਲਿਆ, ਜਿਸ ਢੰਗ ਨਾਲ ਪਰਿਵਾਰ ਨੇ ਸੇਵਾ ਕੀਤੀ ਹੈ ਉਹ ਵੀ ਆਪਣੇ ਆਪ 'ਚ ਮਿਸਾਲ ਹੈ। ਜਾਣਾ ਹੱਕਣੇ ਹੈ, ਜੰਮਣ ਮਰਨ ਸਭ ਹੁਕਮ ਹੈ, ਪਾਣੀ ਆਵੇ ਜਾਏ ਹੁਕਮ ਔਰ ਪਾਣਾ ਪਾਣੀ 'ਚ ਬਾਰ ਬਾਰ ਆਉਂਦਾ ਹੈ, ਉਹਦਾ ਹੁਕਮ ਵੀ ਮੰਨਣਾ ਪੈਂਦਾ, ਉਹਦੇ ਪਾਣੀ 'ਚ ਰਹਿਣਾ ਪੈਂਦਾ। ਅਸੀਂ ਸਮੂਹਕ ਤੌਰ 'ਤੇ ਅਰਦਾਸ ਹੀ ਕਰ ਸਕਦੇ ਹਾਂ ਪਰਮਾਤਮਾ ਦੇ ਚਰਨਾਂ 'ਚ ਵਿੱਚ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਇਹ ਪਰਿਵਾਰ ਜਿਹੜਾ ਸ਼ਹਿਰ ਦਾ ਪ੍ਰਮੁੱਖ ਪਰਿਵਾਰ ਹੈ ਇਹ ਵਧੇ ਫੁੱਲੇ ਔਰ ਸਮਾਜ ਦੇ ਵਿੱਚ ਆਪਣੀ ਸੇਵਾ ਰਾਹੀਂ ਸਾਫ ਸੁਥਰਾਪਣ ਸਵੱਛਤਾ ਹੋਰ ਲਿਆ ਸਕਣ, ਇੰਨੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਖਾਲਸਾ, ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਿੰਨਾ ਸਮਾਂ ਮਾਤਾ ਜੀ ਨੂੰ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਵਿੱਚ ਰਹਿਣ ਲਈ ਬਖਸ਼ਿਸ਼ ਕੀਤਾ ਸੀ, ਉਹਦੀ ਉਹ ਬਹੁਤ ਸੁਚੱਜੀ ਵਰਤੋਂ ਕਰਕੇ ਸਰੀਰਕ ਤੌਰ 'ਤੇ ਸਾਡੇ ਸਭ ਪਾਸੋਂ ਵਿਛੜ ਚੁੱਕੇ, ਔਰ ਇਹ ਸਮਾਜ ਦਾ ਵਿਧਾਨ ਹੈ, ਜਦੋਂ ਜਦੋਂ ਕੋਈ ਸਾਡੇ ਵਿੱਚੋਂ ਵਿਛੜਦਾ ਪਰ ਇਹਨਾਂ ਦੇ ਮੱਥੇ ਨਾ ਲੱਗਣਾ, ਇਹ ਗੁਰੂ ਆਸ਼ੇ ਦੇ ਮੁਤਾਬਕ ਜੀਵਨ ਨਹੀਂ ਜੀ ਸਕਦਾ। ਅਤੇ ਕਰਮ ਜਿਹੜੇ ਨੇ ਕਿਸੇ ਵਿਅਕਤੀ ਨੂੰ ਧਰਮੀ ਬਣਾਉਂਦੇ, ਜਨਮ ਸਭ ਦਾ ਇੱਕੋ ਤਰੀਕੇ ਨਾਲ ਹੁੰਦਾ ਹੈ, ਮਨਮੁੱਖ ਵੀ ਉਸ ਵਿਧੀ ਦਾ ਲਈ ਇਸ ਸੰਸਾਰ ਵਿੱਚ ਆਉਂਦਾ, ਗੁਰਮੁੱਖ ਵੀ ਇਸ ਵਿਧੀ ਨਾਲ ਆਉਂਦਾ। ਜਨਮ ਅਤੇ ਮਰਨ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ,
ਇਹਦੇ ਵਿੱਚ ਕਿਸੇ ਦਾ ਦਖਲ ਨਹੀਂ। ਆਹ ਜਿਹੜਾ ਰਿਸ਼ਟ ਪੁਸ਼ਟ ਸਰੀਰ ਸਾਨੂੰ ਮਿਲਦਾ ਇਹਦਾ ਅਸੀਂ ਕੋਈ ਮੁੱਲ ਨਹੀਂ ਤਾਰਿਆ, ਇਹ ਉਹਦੀ ਬਖਸ਼ਿਸ਼ ਨਾਲ ਪ੍ਰਾਪਤ ਹੋਇਆ। ਅਤੇ ਕਈ ਐਸੇ ਵੀ ਨੇ ਜਿਹੜੇ ਜਨਮ ਤੋਂ ਲੰਗੜੇ ਦੁਬਲੇ ਵੀ ਪੈਦਾ ਹੁੰਦੇ ਹਨ, ਉਹਨਾਂ ਦਾ ਕੋਈ ਗਿਲਾ ਨਹੀਂ ਹੋ ਸਕਦਾ ਕਾਨਪੁਰ ਵਾਹਿਗੁਰੂ ਦੇ, ਪਰ ਪਤਾ ਨਹੀਂ ਕਿਹੜੇ ਜਨਮ ਦਾ ਕੀ ਲੇਖਾ ਜੋਖਾ ਹਿਸਾਬ ਕਿਤਾਬ ਵੀ ਹੋਣਾ। ਅਤੇ ਜਿਹੜੀ ਮੌਤ ਹੈ ਇਹ ਵੀ ਸਾਡੇ ਕਿਸੇ ਦੇ ਵੱਸ ਵਿੱਚ ਨਹੀਂ, ਕੋਈ ਆਪਣੀ ਮੌਤ ਆਪ ਨਿਰਧਾਰਿਤ ਵੀ ਕਰ ਲਵੇ ਨਾ, ਅਤੇ ਉਹ ਜਿਹੋ ਜਿਹੀ ਮੌਤ ਚਾਹੁੰਦਾ ਉਹਨੂੰ ਪ੍ਰਾਪਤ ਨਹੀਂ ਹੋ ਸਕਦੀ। ਰੱਬ ਹੀ ਹੁੰਦੇ ਨੇ, ਕਰਮਾਂ ਦੇ ਉੱਤੋਂ ਪਤਾ ਲੱਗ ਜਾਂਦਾ ਕਿਸ ਵਿਅਕਤੀ ਦੇ ਕਰਮ ਸਮਾਜ ਦੇ ਲਈ ਬਿਹਤਰ ਨੇ ਅਤੇ ਕਿਹੜੇ ਵਿਅਕਤੀ ਦੇ ਕਰਮ ਦੂਜਿਆਂ ਦੇ ਲਈ ਨੁਕਸਾਨਦੇਹ ਸਾਬਤ ਹੋ ਸਕਦੇ। ਇੱਥੇ ਜਿਵੇਂ ਉਹ ਕਹਿੰਦੇ ਨੇ ਨਾ, ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਰਹੀ ਹੈ। ਜਿਹੜਾ ਅਚੇਤ ਮਨ ਹੈ ਨਾ, ਉਹਨੂੰ ਸੁਚੇਤ ਮਨ ਖਾਣ ਦਾ ਯਤਨ ਕਰੇ। ਜਾਂ ਇਹ ਕਹਿ ਲਈਏ ਜਿਹੜਾ ਅਵੇਸਲੇਪਨ ਵਿੱਚ ਸੁੱਤਾ ਹੋਇਆ ਨਾ, ਉਹਨੂੰ ਵੱਡਾ ਉਸ ਤੋਂ ਵੱਡਾ ਆ ਕੇ ਆਪਣਾ ਆਹਾਰ ਬਣਾ ਰਿਹਾ। ਇਹੀ ਦੀਨ ਦੁਨੀਆ ਦਾ ਸਾਰਾ ਸਿਲਸਿਲਾ ਹੈ। ਅਤੇ ਇਸੇ ਤਰ੍ਹਾਂ ਹੀ ਆਪਾਂ ਵੇਖਦੇ ਹਾਂ, ਛੋਟਿਆਂ ਨੂੰ ਵੱਡੇ ਮਾਰਨ ਦਾ ਯਤਨ ਕਰ ਰਹੇ ਹਾਂ, ਵੱਡੀਆਂ ਕੌਮਾਂ ਛੋਟੀਆਂ ਨੂੰ ਖਾਣ ਦਾ ਯਤਨ ਕਰ ਰਹੀਆਂ ਨੇ, ਵੱਡੀਆਂ ਪਾਰਟੀਆਂ ਛੋਟੀਆਂ ਪਾਰਟੀਆਂ ਨੂੰ ਮਾਰ ਰਹੀਆਂ ਨੇ, ਵੱਡੇ ਲੋਕ ਵੱਡੇ ਕਾਰੋਬਾਰੀ ਲੋਕ ਛੋਟਿਆਂ ਨੂੰ ਖਤਮ ਕਰਕੇ ਆਪਣਾ ਥਾਂ ਸਥਾਪਿਤ ਕਰਨ ਦੇ ਲਈ ਵੱਡਾ ਥਾਂ ਭਾਲਦੇ। ਪਰ ਸਤਿਗੁਰੂ ਸਾਹਿਬ ਜੀ ਦਾ ਹੁਕਮ ਇਸ ਤੋਂ ਅਲੱਗ ਹੈ। ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ, ਸਭੈ ਜੀ ਸਮਾਲ ਆਪਣੀ ਮਿਹਰ ਕਰ, ਸਾਰਿਆਂ ਦਾ ਭਲਾ ਲੋੜਨਾ, ਸਰਬੱਤ ਦਾ ਭਲਾ ਕਰਨਾ, ਸਰਬੱਤ ਦੇ ਭਲੇ ਦੇ ਲਈ ਹਮੇਸ਼ਾ ਹੀ ਅਰਦਾਸਾਂ ਕਰ। ਇੱਥੇ ਇੱਕ ਗੱਲ ਕਹੀ ਗਈ, ਠੀਕ ਹੈ ਸਰੀਰਕ ਕਸ਼ਟ ਹੁੰਦੇ ਨੇ, ਪਰ ਆਤਮਾ ਜੇ ਬਲਵਾਨ ਹੋਵੇ ਤਾਂ ਸਰੀਰਕ ਕਸ਼ਟ ਕੁਝ ਵੀ ਨਹੀਂ ਹੁੰਦੇ। ਆਪਣਾ ਸਾਰਾ ਹੀ ਇਤਿਹਾਸ ਜਦੋਂ ਆਪਾਂ ਫਰੋਲਦੇ ਹਾਂ, ਫਿਰ ਮਨ ਖੜ੍ਹੇ ਹੁੰਦੇ ਨੇ। ਮਨ ਫਿਰ ਜਦੋਂ ਇਸ ਅਵਸਥਾ ਵਿੱਚ ਆਉਂਦਾ ਨਾ, ਵਿਛੋੜੇ ਦੇ ਦੁੱਖ ਵਿੱਚ ਮਨ ਕਮਜ਼ੋਰ ਹੋਇਆ ਹੁੰਦਾ ਹੈ, ਅਤੇ ਜਦੋਂ ਇਹ ਚਿਤਕ ਚੇਤੇ ਵਿੱਚ ਆਵੇ ਮਨ ਵਿੱਚ ਕਿ ਦੁੱਖ, ਫਿਰ ਜਦੋਂ ਸੀਸ 'ਤੇ ਆਰਾ ਚੱਲਦਾ ਸੀ ਉਹਨਾਂ ਤਾਂ ਨਹੀਂ ਸੀ, ਦੁੱਖ ਜਦੋਂ ਸਿਰ ਤੋਂ ਖੋਪਰ ਲੈ ਰਿਹਾ ਸੀ ਉਹਨਾਂ ਤਾਂ ਨਹੀਂ ਸੀ, ਫਿਰ ਮਨ ਖੜ੍ਹਾ ਹੁੰਦਾ, ਮਨ ਮਜ਼ਬੂਤ ਹੁੰਦਾ ਅਤੇ ਅਸੀਂ ਉਹਨਾਂ ਦੀ ਸੰਤਾਨ ਜਿਨ੍ਹਾਂ ਨੇ ਅਕਾਲਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਰਹਿੰਦੇ ਹਾਂ, ਹਰ ਦੁੱਖ ਸੁੱਖ ਨੂੰ ਉਹਦਾ ਹੁਕਮ ਕਰਕੇ ਜਾਂਦੇ। ਅਤੇ ਜਦੋਂ ਹੁਕਮ ਕਰਕੇ ਜਾਣ ਲੈਂਦੇ ਹਾਂ, ਫਿਰ ਦੁੱਖ ਘਟਣੇ ਸ਼ੁਰੂ ਹੋ ਜਾਂਦੇ ਨੇ। ਇਹ ਠੀਕ ਹੈ, ਅਸੀਂ ਗ੍ਰਿਸਤੀ ਲੋਕ ਹਾਂ, ਅਸੀਂ ਸੌੜੇ ਸੋਚ ਵੀ ਸੋਚਦੇ ਹਾਂ। ਜਦੋਂ ਅਸੀਂ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਹਾਂ, ਉਹਦੇ ਪਿੱਛੇ ਇੱਕ ਲਾਲਚ ਵੀ ਲੁਕਿਆ ਹੁੰਦਾ ਕਿ ਜਦੋਂ ਮੈਂ ਆਪਣੇ ਮਾਂ ਬਾਪ ਦੀ ਸੇਵਾ ਕਰ ਰਿਹਾ ਹਾਂ ਅਤੇ ਮੇਰੇ ਬੱਚੇ ਮੈਨੂੰ ਦੇਖ ਰਹੇ ਨੇ, ਜੇ ਕੱਲ੍ਹ ਨੂੰ ਮੇਰੇ 'ਤੇ ਕੋਈ ਪੀੜ ਐਸੀ ਬਣੀ ਤਾਂ ਮੇਰੇ ਬੱਚੇ ਵੀ ਮੇਰੀ ਇਸੇ ਤਰ੍ਹਾਂ ਸੇਵਾ ਕਰਨ। ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦਾ ਰਹਿੰਦਾ। ਰੁਤਬਾ ਮਾਂ ਦਾ ਬਹੁਤ ਵੱਡਾ, ਸਾਰੇ ਰੁਤਬਿਆਂ ਦੀ ਜੜ੍ਹ ਮਾਂ ਹੈ, ਸਾਰੇ ਰਿਸ਼ਤਿਆਂ ਦਾ ਮੁੱਢ ਮਾਂ ਹੈ। ਮਾਂ ਨਾ ਹੋਵੇ ਤਾਂ ਸੰਸਾਰ ਵਿੱਚ ਕੁਝ ਵੀ ਨਹੀਂ, ਕੋਈ ਰਿਸ਼ਤਾ ਨਹੀਂ, ਕੁਛ ਵੀ ਨਹੀਂ ਸੰਸਾਰ ਵਿੱਚ ਰਹਿੰਦਾ। ਅਤੇ ਮਾਂ ਇੱਕ ਐਸਾ ਸਰੋਤ ਵੀ ਹੈ ਜਿਹਦੇ ਤੁਰ ਜਾਣ ਤੋਂ ਬਾਅਦ ਹਰ ਮਨ ਇਸ ਕਰਕੇ ਗਮਗੀਨ ਹੁੰਦਾ ਹੈ ਕਿਉਂਕਿ ਮਾਂ ਦੀ ਪ੍ਰੇਰਨਾ ਬੱਚਿਆਂ ਨੂੰ ਬਹੁਤ ਉੱਚੇ ਰੁਤਬਿਆਂ 'ਤੇ ਲਿਜਾਣ ਦੀ ਸਮਰੱਥਾ ਰੱਖਦੀ। ਆਪਾਂ ਹੀ ਪੜ੍ਹਦੇ ਸੁਣਦੇ ਹਾਂ ਨਾ, ਜਦੋਂ ਧਰੂ ਦੀ ਕਹਾਣੀ ਆਉਂਦੀ ਹੈ, ਕਹਿੰਦੇ ਧਰੂ ਕਿਤੇ ਕੋਈ ਭੁੱਲ ਚੁੱਕ ਗਲਤੀ ਉਹਦਾ ਹੀ ਕਿਸੇ ਪ੍ਰਕਾਰ ਦੀ ਜਾਣੇ ਅਣਜਾਣੇ ਰਹਿ ਗਈ ਹੋਵੇ, ਮਾਲਕ ਸੱਚੇ ਪਾਤਸ਼ਾਹ ਉਹਨਾਂ ਨੂੰ ਖਿਮਾ ਕਰਕੇ ਆਪਣੇ ਚਰਨਾਂ 'ਚ ਥਾਂ ਦੇਣ, ਇਸ ਅਰਦਾਸ ਨਾਲ ਕੋਈ ਭੁੱਲ ਚੁੱਕ ਦੀ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੇ ਚਿੱਤਾ ਪਰਿਵਾਰ ਵੱਲੋਂ ਤਾਂ ਜਦੋਂ ਆਪ ਦੀਆਂ ਹਾਜ਼ਰੀਆਂ ਦੀ ਤਾਂ ਸ਼ੁਕਰਾਨਾ ਕੀਤਾ ਜਾਂਦਾ। ਗੁਰੂ ਦਾ ਲੰਗਰ ਤਿਆਰ ਹੈ, ਗੁਰੂ ਦਾ ਲੰਗਰ ਪ੍ਰਸ਼ਾਦ ਤੋਂ ਬਾਅਦ ਲੰਗਰ ਨੂੰ ਛੱਕ ਕੇ ਜਾਣਾ ਸਾਰਿਆਂ ਦੇ ਸੰਗਤ ਨੇ। ਔਰ ਇੱਕ ਗੱਲ ਮੈਂ ਜਾਂਦਿਆਂ ਜਾਂਦਿਆਂ ਕਰ ਜਾਣਾ, ਜਿਵੇਂ ਪਾਰਸ ਲੋਹੇ ਨੂੰ ਸੋਹਣਾ ਕਰ ਦਿੰਦਾ, ਮੇਰੇ ਸਤਿਕਾਰ ਜੋ ਸਰਦਾਰ ਅਕਰਦੀਪ ਸਿੰਘ ਚਿੱਕਾ ਜੀ ਗੁਰਬਾਣੀ ਤੋਂ ਬੜੇ ਦੂਰ ਹੁੰਦੇ ਸੀ, ਸਾਡੇ ਸਤਿਕਾਰ ਜੋ ਮਾਤਾ ਜੀ ਉਹਨਾਂ ਨੂੰ ਬਾਣੀ ਨਾਲ ਜੋੜ ਲਿਆ। ਮੈਂ ਇਹਨਾਂ ਨੂੰ ਕਿਸੇ ਵੇਲੇ ਇਹ ਪਾਠ ਕਰਨ ਵਾਲਿਆਂ ਨੂੰ ਬੁਰਾ ਭਲਾ ਕਹਿੰਦੇ ਵੀ ਸੁਣਿਆ ਆਪਣੀ ਜੀਵਨ ਕਾਲ ਵਿੱਚ, ਪਰ ਹੁਣ ਜਦੋਂ ਮੈਂ ਇਹਨਾਂ ਨੂੰ ਪਾਠ ਕਰਦਿਆਂ ਵੇਖਦਾ ਹਾਂ ਤਾਂ ਮੈਂ ਸਮਝਦਾ ਕਿ ਉਹਨਾਂ ਆਪਣੇ ਜੀਵਨ ਸਾਥੀ ਉਹਨਾਂ ਜਾਂਦੇ ਜਾਂਦੇ ਇਹਨਾਂ ਦਾ ਜੀਵਨ ਵੀ ਆਪਣੇ ਵਰਗਾ ਸਫਲ ਕਰਕੇ ਗਿਆ। ਇਹ ਉਸ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਆ, ਕਿਹੜੀ ਘੜੀ ਹੋਣੀ ਆ, ਕਿਹੜੀ ਪਲ ਹੋਣੀ ਆ, ਇਹ ਸਾਨੂੰ ਸਾਡੀ ਅਜਾਣਤਾ ਹੁੰਦੀ ਆ। ਮੈਂ ਇੰਨੇ ਸ਼ਬਦਾਂ ਦੇ ਨਾਲ ਇੱਕ ਵਾਰੀ ਫਿਰ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਤੁਹਾਡੀ ਸਾਰਿਆਂ ਦੀ ਰਲ ਕੇ ਗੁਰਸੰਗਤ ਦੇ ਰੂਪ ਵਿੱਚ ਤੁਸੀਂ ਅਰਦਾਸ ਕੀਤੀ ਹੈ, ਉਸ ਅਰਦਾਸ ਦੇ ਮੋਟ ਆਸਰਾ ਲੈਂਦਿਆਂ ਮੈਂ ਸਮਝਾਂਗਾ ਚੰਗਾ ਪਰਿਵਾਰ ਅਸੀਂ ਸਾਰੇ ਇਸ ਦੁੱਖ ਵਾਲੇ ਘੜੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਸਕਦੇ। ਪੁਰਸ਼ੋਤਮ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।